ਬੀਤੇ ਦਿਨੀ ਮੋਗਾ ਜ਼ਿਲ੍ਹੇ ਦੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਨਵੀਂ ਅਨਾਜ ਮੰਡੀ ਵਿੱਚ ਸ਼ੈੱਡ ਦੇ ਹੇਠਾਂ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਮੈਡੀਕਲ ਪ੍ਰੈਕਟੀਸ਼ਨਰਸ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਗੁਰਮੁਖ ਸਿੰਘ ਚੇਅਰਮੈਨ ਈਸ਼ਰ ਸਿੰਘ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਪੇਂਡੂ ਖੇਤਰਾਂ ਵਿੱਚ ਲੰਬੇ ਸਮੇਂ ਤੋਂ ਮਰੀਜ਼ਾਂ ਨੂੰ ਸਸਤੇ ਰੇਟ ਵਿੱਚ ਸਿਹਤ ਸੇਵਾਵਾਂ ਦਿੰਦੇ ਨੇ। ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ 1 ਲੱਖ ਤੋਂ ਜ਼ਿਆਦਾ ਮੈਡੀਕਲ ਪ੍ਰੈਕਟੀਸ਼ਨਰ ਪਿਛਲੇ 40 ਸਾਲਾਂ ਤੋਂ ਸਿਹਤ ਸੇਵਾਵਾਂ ਲੋਕਾਂ ਨੂੰ ਦੇ ਰਹੇ ਨੇ, ਲੇਕਿਨ ਸਰਕਾਰ ਅਤੇ ਸਿਹਤ ਵਿਭਾਗ ਦੁਆਰਾ ਅੱਜ ਤੱਕ ਮੈਡੀਕਲ ਪ੍ਰੈਕਟੀਸ਼ਨਰ ਨੂੰ ਡਾਕਟਰ ਦਾ ਦਰਜਾ ਨਹੀਂ ਦਿੱਤਾ ਗਿਆ, ਜਦੋਂ ਕਿ ਪੇਂਡੂ ਖੇਤਰਾਂ ਵਿੱਚ ਦੁਪਹਿਰ 2 ਵਜੇ ਦੇ ਬਾਅਦ ਸਰਕਾਰੀ ਸਿਹਤ ਸੇਵਾਵਾਂ ਨਹੀਂ ਦਿੱਤੀਆਂ ਜਾਂਦੀਆਂ। ਜਦੋਂ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਰਕਾਰ ਦੁਆਰਾ ਚਲਾਈ ਜਾ ਰਹੀ ਮੁਹਿੰਮ ਦਾ ਮੈਡੀਕਲ ਪ੍ਰੈਕਟੀਸ਼ਨਰ ਸਮਰਥਨ ਕਰਦੇ ਹੋਏ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਦੇ ਸਹਿਯੋਗ ਕਰ ਰਹੇ ਨੇ। ਅਜਿਹੇ ਵਿੱਚ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਨੂੰ ਦਰਕਿਨਾਰ ਕਰਨ ਦੀ ਜਗ੍ਹਾ ਮੰਨ ਲੈਣਾ ਚਾਹੀਦਾ ਹੈ, ਤਾਂ ਕਿ ਮੈਡੀਕਲ ਪ੍ਰੈਕਟੀਸ਼ਨਰ ਵੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ, ਲੇਕਿਨ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਮਾਨਤਾ ਨਹੀਂ ਦਿੱਤੀ ਜਾਂਦੀ, ਜਦੋਂ ਕਿ ਗਰੀਬ ਲੋਕ ਉਹਨਾਂ ਨੂੰ ਆਪਣਾ ਮਸੀਹਾ ਮੰਨਦੇ ਨੇ। ਇਸ ਮੌਕੇ ਜ਼ਿਲ੍ਹੇ ਭਰ ਦੇ ਸਾਰੇ ਮੈਡੀਕਲ ਪ੍ਰੈਕਟੀਸ਼ਨਰ ਹਾਜ਼ਰ ਹੋਏ ਅਤੇ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਦਾ ਪੁਤਲਾ ਫੂਕਿਆ। ਅਸੀਂ ਅੱਜ ਜ਼ਿਲ੍ਹਾ ਹੈੱਡਕੁਆਟਰ 'ਤੇ ਅਰਥੀ ਫੂਕ ਮੁਜ਼ਾਹਰਾ ਕਰ ਰਹੇ ਹਾਂ। ਮੈਡੀਕਲ ਪ੍ਰੈਕਟੀਸ਼ਨਰਸ ਪੰਜਾਬ ਆਪਣੇ ਹੱਕਾਂ ਦੀ, ਆਪਣੇ ਰੁਜ਼ਗਾਰ ਦੀ ਰਾਖੀ ਵਾਸਤੇ ਇਹ ਸਰਕਾਰ ਦੇ ਖਿਲਾਫ਼ ਅਸੀਂ ਮੁਜ਼ਾਹਰੇ ਰੱਖੇ ਹੋਏ ਆ, ਜਿਹੜੇ ਕਿ ਪੂਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਕੀਤੇ ਜਾ ਰਹੇ ਨੇ। ਕਿਉਂਕਿ ਪੰਜਾਬ ਸਰਕਾਰ ਜਿਹੜੇ ਪਿੰਡਾਂ 'ਚ ਪ੍ਰੈਕਟੀਸ਼ਨਰ ਲੋਕ ਬੈਠੇ ਆ, ਦਿਨ ਰਾਤ ਲੋਕਾਂ ਨੂੰ ਸਿਹਤ ਸਹੂਲਤਾਂ ਦਿੰਦੇ ਨੇ, ਸਸਤੀਆਂ ਸਿਹਤ ਸਹੂਲਤਾਂ ਦੇ ਰਹੇ, ਉਹਨਾਂ ਦਾ ਰੁਜ਼ਗਾਰ ਨੂੰ ਖਤਮ ਕਰਨ ਜਾ ਰਹੀ ਆ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਪੂਰੇ ਪੰਜਾਬ ਦੇ ਲਗਭਗ 13,000 ਪਿੰਡ ਆ, ਜਿਹਦੇ ਵਿੱਚ ਲਗਭਗ 5,000 ਡਿਸਪੈਂਸਰੀ ਹੈ, 13,000 ਪਿੰਡਾਂ ਦੇ ਲੋਕ ਨੇ ਜਿਹੜੇ ਉਹਨਾਂ ਮੈਡੀਕਲ ਪ੍ਰੈਕਟੀਸ਼ਨਰ ਦੇ ਸਹਾਰੇ ਹੀ ਆਪਣੀ ਜ਼ਿੰਦਗੀ ਜਿਉਂਦੇ ਨੇ। ਜਿਹੜੀਆਂ ਸਰਕਾਰ ਦੀਆਂ ਡਿਸਪੈਂਸਰੀਆਂ ਨੇ ਉਹ ਵੀ ਦੁਪਹਿਰੇ 2 ਵਜੇ ਤੱਕ ਖੁੱਲ੍ਹਦੀਆਂ ਨੇ, ਉਸ ਤੋਂ ਬਾਅਦ ਉਹ ਬੰਦ ਹੋ ਜਾਂਦੀਆਂ ਨੇ। ਪਿੰਡਾਂ ਦੇ ਲੋਕਾਂ ਨੂੰ ਜਿਹੜੀ ਮੁੱਢਲੀ ਸਿਹਤ ਸਹੂਲਤ ਮਿਲਦੀ ਆ, ਇਹਨਾਂ ਮੈਡੀਕਲ ਪ੍ਰੈਕਟੀਸ਼ਨਰਾਂ ਕੋਲੋਂ ਹੀ ਮਿਲਦੀ ਆ। ਅਗਰ ਇਹ ਪਿੰਡਾਂ ਦੇ ਵਿੱਚ ਪ੍ਰੈਕਟੀਸ਼ਨਰ ਨਾ ਹੋਣ ਤਾਂ ਰਾਤ ਬਰਾਤੇ ਉੱਠਣ ਵਾਲੀਆਂ ਸੀਰੀਅਸ ਬਿਮਾਰੀਆਂ, ਜਿਨ੍ਹਾਂ ਦੇ ਵਿੱਚ ਹਾਰਟ ਅਟੈਕ ਵੀ ਆਉਂਦਾ ਆ, ਅਧਰੰਗ ਦੇ ਦੌਰੇ ਵੀ ਆਉਂਦੇ ਨੇ, ਕਈ ਵਾਰੀ ਪਸਲੀਆਂ ਦੇ ਦਰਦ ਵੀ ਉੱਠਦੇ ਆ, ਫਿਰ ਮਰੀਜ਼ ਨੂੰ ਹੋਸਪਿਟਲ ਜਾਣ ਵਾਸਤੇ ਬਹੁਤ ਤੰਗੀ ਆਏਗੀ ਔਰ ਰਾਤ ਬਰਾਤੇ ਜਾਣਾ ਵੀ ਔਖਾ ਹੁੰਦਾ ਆ, ਹੋ ਸਕਦਾ ਮਰੀਜ਼ ਦੀ ਰਸਤੇ ਵਿੱਚ ਵੀ ਮੌਤ ਹੋ ਸਕਦੀ ਆ। ਇਹ ਜਿਹੜੇ ਪ੍ਰੈਕਟੀਸ਼ਨਰ ਨੇ ਦਿਨ ਰਾਤ ਲੋਕਾਂ ਸਹੂਲਤਾਂ ਦੇ ਕੇ ਮਰੀਜ਼ ਨੂੰ ਹੋਸਪਿਟਲ ਤੱਕ ਪਹੁੰਚਦਾ ਕਰਦੇ ਨੇ, ਉਹਦੀ ਜ਼ਿੰਦਗੀ ਬਚ ਜਾਂਦੀ ਹੈ। ਇਹ ਪ੍ਰੈਕਟੀਸ਼ਨਰਾਂ ਦਾ ਜਿਹੜਾ ਗਿਣਤੀ ਆ ਲਗਭਗ ਪੂਰੇ ਪੰਜਾਬ ਦੇ ਵਿੱਚ 1,20,000 ਦੇ ਨੇੜੇ ਤੇੜੇ ਹੈਗੇ ਆ। ਇਹਨਾਂ ਦੇ ਨਾਲ ਲਗਭਗ 4,000 ਪਰਿਵਾਰ ਜੁੜਿਆ ਹੋਇਆ, ਅਗਰ ਇਹਨਾਂ ਦਾ ਰੁਜ਼ਗਾਰ ਬੰਦ ਹੁੰਦਾ ਤਾਂ 4,00,000 ਪਰਿਵਾਰ ਹੈ ਜਿਹੜਾ ਉਹ ਖਤਮ ਹੋ ਜਾਏਗਾ, ਇਹਨਾਂ ਦਾ ਰੁਜ਼ਗਾਰ ਖਤਮ ਹੋ ਜਾਏਗਾ। ਕਿਤੇ ਨਾ ਕਿਤੇ ਨਸ਼ੇ 'ਤੇ ਵੀ ਤੁਹਾਨੂੰ ਘੇਰਿਆ ਜਾ ਰਿਹਾ, ਜਿਹੜੇ ਨਸ਼ਿਆਂ ਦੀ ਗੱਲ ਕਰਦੇ ਹੈ, ਜਿਹੜੇ ਸਾਡੇ ਐਸੋਸੀਏਸ਼ਨ ਨਾਲ ਜੁੜੇ ਸੰਬੰਧਿਤ ਮੈਡੀਕਲ ਪ੍ਰੈਕਟੀਸ਼ਨਰ ਨੇ, ਅਸੀਂ ਸਰਕਾਰ ਦੇ ਮੁੱਢਲੇ ਜਿਹੜੇ ਅਧਿਕਾਰੀ ਨੇ ਪੁਲਿਸ ਪ੍ਰਸ਼ਾਸਨ ਦੇ ਵਿੱਚ SSP ਸਾਹਿਬ ਨੂੰ ਜਾਂ DC ਸਾਹਿਬ ਨੂੰ ਜ਼ਿਲ੍ਹਾ ਹੈੱਡਕੁਆਟਰ 'ਤੇ ਲਿਖ ਕੇ ਦੇ ਕੇ ਆਏ ਹਾਂ ਵੀ ਪੁਲਿਸ ਹੈ, ਪ੍ਰਸ਼ਾਸਨ ਹੈ, ਸਾਡੇ ਕਿਸੇ ਵੀ ਪ੍ਰੈਕਟੀਸ਼ਨਰ ਦੀ ਕਲੀਨਿਕ ਚੈੱਕ ਕਰੇ, ਅਸੀਂ ਬਾਹਰ ਖੜਾਂਗੇ, ਕਰਨ ਪਰ ਇਮਾਨਦਾਰੀ ਦੇ ਨਾਲ। ਕਈ ਵਾਰ ਪੁਲਿਸ ਆਪਣੇ ਕੋਲੋਂ ਵੀ ਨਸ਼ਾ ਰੱਖ ਸਕਦੀ ਹੈ, ਇਮਾਨਦਾਰੀ ਨਾਲ ਚੈੱਕ ਕਰੋ, ਅਗਰ 1 ਗੋਲੀ ਵੀ ਨਸ਼ੇ ਵਾਲੀ ਮਿਲ ਗਈ ਤਾਂ ਉਸ 'ਤੇ ਜਿਹੋ ਜਿਹਾ ਮਰਜ਼ੀ ਕੇਸ ਪਾ ਦਿੱਤਾ ਜਾਵੇ, ਪਰ ਸਾਨੂੰ ਕੋਈ ਇਤਰਾਜ਼ ਨਹੀਂ ਹੋਏਗਾ। ਸਾਡੇ ਜਿਹੜੇ ਮੈਡੀਕਲ ਪ੍ਰੈਕਟੀਸ਼ਨ ਸਾਡੇ ਮੈਂਬਰ ਨੇ, ਇਹਨਾਂ 'ਚ ਕੋਈ ਵੀ ਨਸ਼ਾ ਨਹੀਂ ਵੇਚਦਾ, ਅਗਰ ਸਾਡੇ ਨਾਲ ਬੰਦਾ ਕੋਈ ਧੋਖਾ ਕਰਦਾ ਆ, ਨਸ਼ਾ ਵੇਚਦਾ ਫੜਿਆ ਜਾਵੇ, ਅਸੀਂ ਖੁਦ ਉਹਦੇ 'ਤੇ ਕੇਸ ਪਵਾਉਂਦੇ ਹਾਂ ਵੀ ਇਸ ਨੇ ਸਾਡੇ ਨਾਲ ਵੀ ਧੋਖਾ ਕੀਤਾ ਆ ਅਤੇ ਸਮਾਜ ਨਾਲ ਵੀ ਧੋਖਾ ਕਰਦਾ ਹੈ। ਸਾਡੀ ਐਸੋਸੀਏਸ਼ਨ ਨਸ਼ੇ ਦੇ ਬਿਲਕੁਲ ਖਿਲਾਫ ਆ, ਜੋ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਮੁਹਿੰਮਾਂ ਚਲਾਈਆਂ ਨਸ਼ਿਆਂ ਦੇ ਖਿਲਾਫ, ਅਸੀਂ ਸਰਕਾਰ ਨੂੰ ਕਿਹਾ, DGP ਸਾਹਿਬ ਸਿੱਧੂ ਸਾਹਿਬ ਨੂੰ ਚੰਡੀਗੜ੍ਹ ਜਾ ਕੇ ਵੀ ਕਹਿ ਕੇ ਆਏ ਹਾਂ ਵੀ ਸਰਕਾਰ ਦੇ ਨਾਲ ਸਹਿਯੋਗ ਕਰਾਂਗੇ, ਪੂਰਾ ਧਿਆਨ ਦੇ ਨਾਲ ਪੂਰੇ ਜ਼ੋਰ ਦੇ ਨਾਲ ਸਹਿਯੋਗ ਕਰਾਂਗੇ, ਸਾਡਾ ਸਹਿਯੋਗ ਲਿਆ ਜਾਵੇ, ਨਸ਼ੇ ਪੰਜਾਬ ਦੇ ਵਿੱਚ ਖਤਮ ਕੀਤੇ ਜਾਣ। ਧੰਨਵਾਦ। ਜਿਹੜਾ ਅਰਥੀ ਫੂਕ ਮੁਜ਼ਾਹਰਾ ਹੈ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟਰ ਨੰਬਰ 295 ਵੱਲੋਂ
ਇਸ ਕਰਕੇ ਕੀਤਾ ਜਾ ਰਿਹਾ ਕਿ ਜਿਹੜੀ ਪੰਜਾਬ ਗਵਰਨਮੈਂਟ ਦੀ ਲੈ ਕੇ ਕੇਂਦਰ ਸਰਕਾਰ ਦੁਆਰਾ ਕਲੀਨਿਕਲ ਸਪਲੈਸਮੈਂਟ ਬਿੱਲ ਜਿਹੜਾ ਹੈ ਉਹ ਲਿਆਂਦਾ ਜਾ ਰਿਹਾ। ਇਹ ਜਿਹੜਾ ਬਿੱਲ ਹੈ ਕਲੀਨਿਕਲ ਬਿੱਲ ਹੈ ਕਿ ਇਹ ਮੈਡੀਕਲ ਪ੍ਰੈਕਟਿਸ ਦੀਆਂ ਜਿਹੜੀਆਂ ਕਲੀਨਿਕਾਂ ਉਹਦੇ ਉਜਾੜੇ ਵਾਲਾ ਬਿੱਲ ਹੈ। ਮੈਂ ਤਾਂ ਸਮਝਦਾ ਕਿ ਜਿਹੜੀ ਪੰਜਾਬ ਸਰਕਾਰ ਹੈ ਕੇਂਦਰ ਸਰਕਾਰ ਹੈ ਉਹ ਮੈਡੀਕਲ ਪ੍ਰੈਕਟਿਸ ਦੇ ਕਲੀਨਿਕਾਂ ਨੂੰ ਉਜਾੜਾ ਦਾ ਉਜਾੜਾ ਕਰਨ ਲਈ ਬਿੱਲ ਲੈ ਕੇ ਆ ਰਹੇ। ਅਤੇ ਦੂਜਾ ਸੀ ਜਿਹੜਾ ਇੱਕ 22 ਜੁਲਾਈ ਨੂੰ ਪਾਸ ਹੋਇਆ ਕੇਂਦਰ ਸਰਕਾਰ ਦਾ ਬਿੱਲ ਹੈ ਉਹਦਾ ਵੀ ਸਾਡਾ ਵਿਰੋਧ ਹੈ। ਇਸ ਕਰਕੇ ਵਿਰੋਧ ਹੈ ਕਿ ਕੇਂਦਰ ਸਰਕਾਰ ਨੇ ਰੋਇਲ ਟੈਕਟ ਦੀ ਤਰ੍ਹਾਂ ਜਿਸ ਤਰ੍ਹਾਂ ਰੋਇਲ ਟੈਕਟ 1915 ਦੇ ਵਿੱਚ ਪਾਸ ਹੋਇਆ ਸੀ ਉਸ ਤੋਂ ਬਾਅਦ ਜਲਿਆਂ ਵਾਲੇ ਬਾਗ ਦੇ ਜਿਹੜਾ ਸੱਕ ਆਇਆ ਉਹ ਦੁਹਰਾਇਆ ਗਿਆ ਸੀ। ਅਤੇ ਉਹ ਸੇਮ ਹੀ ਚੀਜ਼ ਹੈ ਇਹ ਕਿ ਜਿਹੜੀਆਂ ਜਥੇਬੰਦੀਆਂ ਆਪਣੀ ਹੱਕੀ ਮੰਗਾਂ ਲਈ ਸੰਘਰਸ਼ ਕਰਦੀਆਂ ਨੇ ਉਹਨਾਂ ਦੇ ਸੰਘਰਸ਼ ਨੂੰ ਰੋਕਣ ਦੇ ਲਈ ਇਹ ਜਿਹੜਾ ਬਿੱਲ ਹੁਣ ਲੈ ਕੇ ਆ ਰਹੇ ਆ ਜਿਹੜਾ 22 ਜੁਲਾਈ ਨੂੰ ਪਾਸ ਕੀਤਾ ਆ ਉਹ ਇਹ ਬਿੱਲ ਹੈ ਕਿ ਕੋਈ ਵੀ ਵਿਅਕਤੀ ਜਥੇਬੰਦੀ ਦਾ ਜਿਹੜਾ ਵੀ ਮੈਂਬਰ ਹੈ ਉਹਨੂੰ ਦਹਿਸ਼ਤਗਰਦ ਕਰਾਰ ਦਿੱਤਾ ਜਾ ਸਕਦਾ ਹੈ। ਇਹਨਾਂ ਗੱਲਾਂ 'ਤੇ ਅਸੀਂ ਜ਼ੋਰਦਾਰ ਨਿਖੇਧੀ ਕਰਦੇ ਹਾਂ ਕਿ ਇਹ ਜਿਹੜੇ ਬਿੱਲ ਹੈ ਜਿਹੜੇ ਲੋਕਾਂ ਦੀਆਂ ਹੱਕੀ ਮੰਗਾਂ ਆ ਜਿਹੜੇ ਲੜਦੇ ਲੋਕ ਹੈ ਉਹਨਾਂ ਦੇ ਵਿਰੋਧ 'ਚ ਆ ਰਿਹਾ ਅਤੇ ਉਹਨਾਂ 'ਤੇ ਇੱਕ ਕੁਹਾੜਾ ਚਲਾਉਣ ਲਈ ਆ ਰਿਹਾ ਤਾਂ ਕਿ ਲੋਕਾਂ ਨੂੰ ਜਿਹੜਾ ਦਵਾਇਆ ਜਾ ਸਕੇ ਤਾਂ ਕਿ ਲੋਕ ਇਹਨਾਂ ਦੇ ਜਿਹੜੇ ਲੋਟੂ ਕੰਮ ਨੇ ਦੇਸ਼ ਨੂੰ ਲੁੱਟਣ ਵਾਲੇ ਵੀ ਉਹਨਾਂ ਵਿਰੁੱਧ ਜਿਹੜੀ ਆਵਾਜ਼ ਬੁਲੰਦ ਨਾ ਕਰ ਸਕਣ। ਤੁਸੀਂ ਕੀ ਚਾਹੁੰਦੇ ਕੀ? ਅਸੀਂ ਇਹ ਚਾਹੁੰਦੇ ਹਾਂ ਕਿ ਅਕੋਰਡਿੰਗ ਟੂ ਕੋਨਸਟੀਟਿਊਸ਼ਨ ਆਫ ਇੰਡੀਆ ਕਿ ਜਿਹੜੇ ਲੋਕਾਂ ਦੇ ਰਾਈਟਸ ਨੇ ਫੰਡਾਮੈਂਟਲ ਰਾਈਟਸ ਨੇ ਉਹਨਾਂ ਨੂੰ ਦਵਾਇਆ ਨਹੀਂ ਜਾਣਾ ਚਾਹੀਦਾ ਅਤੇ ਉਹ ਇੱਦਾਂ ਹੀ ਵਰਤਦਾ ਰਹਿਣੇ ਚਾਹੀਦੇ ਆ। ਨਹੀਂ ਤਾਂ ਜਿਹੜਾ ਦੇਸ਼ ਦਾ ਸਿਸਟਮ ਹੈ ਨਾ ਉਹ ਲੋਕਾਂ ਦੇ ਹੱਕ ਦਾ ਬਿਲਕੁਲ ਨਹੀਂ ਹੋਊਗਾ। ਮੋਗਾ ਤੋਂ ਆਵਾਜ਼ ਕੌਮ ਟੀਵੀ ਲਈ ਚਮਕੌਰ ਸਿੰਘ ਲੋਪੋ ਦੀ ਰਿਪੋਰਟ।